ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਬਟਨ ਦਬਾਓ, ਅੱਛੀ ਔਰ ਖੂਬਸੂਰਤ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਤੱਕ ਪਹੁੰਚੇ। ਔਰ ਤੁਸੀਂ ਦੇਖੋ ਸਭ ਤੋਂ ਪਹਿਲੇ ਮਾਸ਼ਾਅੱਲਾ, ਹਰ ਰੋਜ਼ ਆਪਣੇ ਵੀਰਾਂ ਤੇ ਦੋਸਤਾਂ ਵਾਸਤੇ ਜਾਨਵਰ ਲੈ ਕੇ ਹਾਜ਼ਰ ਹੋਈਦਾ ਹੈ। ਅੱਜ ਆਪਣੇ ਵੀਰਾਂ ਵਾਸਤੇ ਬੜਾ ਖੂਬਸੂਰਤ ਲਾਲ ਗੋਰਾ ਰੰਗ, ਬੜੀ ਖੂਬਸੂਰਤ ਘਰੇਲੂ ਮਾਸ਼ਾਅੱਲਾ ਗਾਏ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਤਾਜ਼ਾ ਸੂਈ ਹੈ, 10-12 ਦਿਨਾਂ ਦੀ ਸੂਈ ਹੈ। ਪਿੱਛੇ ਦੋਸਤੋ ਵੱਛੀ ਹੈ ਮਾਸ਼ਾਅੱਲਾ, ਜਰਸੀ ਤੇ ਫਰੀਜ਼ੀਅਨ ਵੱਛੀ। ਔਰ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਨਿੱਕਾ ਨਿੱਕਾ ਕੰਨ, ਵੱਛੀ ਬੜੀ ਮਾਸ਼ਾਅੱਲਾ ਇੰਪੋਰਟਡ ਹੈ, ਬੜੀ ਪਿਆਰੀ ਔਰ ਬੜੀ ਨਸਲਾਂ ਜ਼ਾਤਾਂ ਵਾਲੀ ਵੱਛੀ ਹੈ। ਮਗਰ ਮਾਸ਼ਾਅੱਲਾ ਔਰ ਘਰੇਲੂ ਮਾਸ਼ਾਅੱਲਾ ਦੋਸਤੋ ਵੈੜ ਹੈ। ਔਰ ਮਾਸ਼ਾਅੱਲਾ ਦੋਸਤਾਂ ਵੀਰਾਂ ਦੀ ਨਜ਼ਰ ਦੇ ਮੁਤਾਬਕ ਮਾਸ਼ਾਅੱਲਾ ਅੱਛਾ ਜਾਨਵਰ ਹੈ। ਔਰ ਦੋਸਤ ਵੀਰ ਇਨਸ਼ਾਅੱਲਾ ਤਾਲਾ ਪਸੰਦ ਕਰਨਗੇ, ਲਾਈਕ ਕਰਨਗੇ, ਸ਼ੇਅਰ ਕਰਨਗੇ, ਕਮੈਂਟ ਕਰਨਾ ਨਹੀਂ ਭੁੱਲਣਾ ਦੋਸਤੋ, ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਤੁਹਾਡਾ ਆਪਣਾ ਚੈਨਲ ਹੈ, ਤੁਹਾਡਾ ਦੇਸ਼ ਪੰਜਾਬ ਟੀਵੀ। ਆਪਣੇ ਵੀਰਾਂ ਅਤੇ ਦੋਸਤਾਂ ਵਾਸਤੇ ਮਿਹਨਤ ਕਰਕੇ ਅੱਛਾ ਅਤੇ ਖੂਬਸੂਰਤ ਜਾਨਵਰ ਲੈ ਕੇ ਆ ਜਾਂਦਾ। ਭਾਈ ਜਾਨ ਛੱਡ ਕੇ ਥੋੜ੍ਹਾ ਟੋਰ ਕੇ ਦਿਖਾਓ ਅਤੇ ਫਿਰ ਚਵਾਈ ਲਾਓ। ਮਾਸ਼ਾਅੱਲਾ ਦੋਸਤੋ, ਲਾਲ ਗੋਰਾ ਰੰਗ, ਬੜੀ ਖੂਬਸੂਰਤ ਨਸਲੋਂ ਜ਼ਾਤੋਂ ਮਾਸ਼ਾਅੱਲਾ ਵੈੜ ਬੜੀ ਪਿਆਰੀ ਹੈ। ਔਰ ਮਾਸ਼ਾਅੱਲਾ ਘਰੇਲੂ ਜਾਨਵਰ। ਔਰ ਅੱਲਾਹ ਦੇ ਫਜ਼ਲ ਨਾਲ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ ਚੱਲਦੀ ਫਿਰਦੀ ਮੇਰੇ ਵੀਰ ਭਰਾ ਦੋਸਤ ਵੇਖ ਸਕਦੇ ਨੇ। ਮਾਸ਼ਾਅੱਲਾ ਵੈੜ ਦਾ ਕੱਦ ਕਾਠ, ਨਸਲ ਜ਼ਾਤ ਮੁੱਠ ਪਰ ਸਿੰਘ ਵੈੜ ਨੂੰ ਲੱਗਿਆ ਹੈ। ਔਰ ਮਾਸ਼ਾਅੱਲਾ ਨਸਲਾਂ ਜ਼ਾਤਾਂ ਮਾਸ਼ਾਅੱਲਾ ਮੇਰੇ ਦੋਸਤਾਂ ਦੇ ਵੀਰਾਂ ਦੇ ਸਾਹਮਣੇ ਨੇ। ਮਾਸ਼ਾਅੱਲਾ ਚਵਾਈ ਭਾਈਜਾਨ ਲਾਓ, ਬੱਚਾ ਲਾਓ ਔਰ ਚਵਾਈ ਕਰੋ। ਔਰ ਬਾਕੀ ਇਨਸ਼ਾਅੱਲਾ ਤਾਲਾ ਬਾਅਦ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਦੋਸਤਾਂ ਅਤੇ ਵੀਰਾਂ ਅਤੇ ਭਰਾਵਾਂ ਨਾਲ ਹੋ ਜਾਣਗੀਆਂ। ਮਾਸ਼ਾਅੱਲਾ ਦੋਸਤ ਵੀਰ ਤਸਲੀਆਂ ਕਰਨ, ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਹੈ। ਔਰ ਅੱਲਾਹ ਤਾਲਾ ਕਿਸੇ ਵੀਰ ਭਰਾ ਦੇ ਮੁਕੱਦਰ 'ਚ ਅਤੇ ਨਸੀਬ 'ਚ ਕਰੇ ਮਾਸ਼ਾਅੱਲਾ ਜੀ। ਇਹ ਦੋਸਤ ਵੀ ਦੇਖ ਸਕਦੇ ਨੇ ਮਾਸ਼ਾਅੱਲਾ, ਸੀਲ ਸਾਊ ਇਤਨੀ ਹੈ। ਮਾਸ਼ਾਅੱਲਾ ਘਰੇਲੂ ਜਾਨਵਰ ਹੈ ਦੋਸਤੋ, ਘਰੇਲੂ ਜਾਨਵਰ, ਅੱਲਾਹ ਦੇ ਫਜ਼ਲ ਨਾਲ ਸੀਲ ਸਾਊ ਔਰ ਅੱਛਾ ਨਸਲ ਦਾ ਰਹਿੰਦਾ ਮਾਸ਼ਾਅੱਲਾ। ਔਰ ਚੋਇਆ ਪੀਤਾ ਹੁੰਦਾ ਮਾਲਕਾਂ ਦਾ। ਔਰ ਅੱਲਾਹ ਦੇ ਫਜ਼ਲ ਨਾਲ ਥਣ ਬੜਾ ਪਿਆਰਾ ਲੱਗਿਆ, ਮੁੱਠ ਪਰ ਥਣ ਲੱਗਿਆ ਵੈੜ ਨੂੰ। ਔਰ ਨਸਲਾਂ ਜ਼ਾਤਾਂ ਮੇਰੇ ਵੀਰਾਂ ਦੇ ਸਾਹਮਣੇ, ਕੱਦ ਮਾਸ਼ਾਅੱਲਾ ਬਹੁਤ ਹੈ ਔਰ ਨਸਲ ਜ਼ਾਤ ਵੀ ਬਹੁਤ ਹੈ। ਲੋਕੇਸ਼ਨ ਹੈਗੀ ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਾਵਾਲਾ। ਪਿੱਛੇ ਮਾਸ਼ਾਅੱਲਾ ਵੱਛੀ ਹੈ ਔਰ ਗਾਂ ਮਾਸ਼ਾਅੱਲਾ ਦੂਸਰਾ ਸਵਾਲ ਗਾਂ ਨੇ ਡਿਲੀਵਰ ਕੀਤਾ, 10-12 ਦਿਨਾਂ ਦੀ ਸੂਈ ਹੋਈ ਹੈ। ਔਰ ਮਾਸ਼ਾਅੱਲਾ ਲਾਲ ਗੋਰਾ ਰੰਗ, ਨਸਲਾਂ ਜ਼ਾਤਾਂ ਮਾਸ਼ਾਅੱਲਾ ਖੂਬਸੂਰਤ ਹੈ। ਔਰ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ, ਬਾਕੀ ਲੈਣਾ ਦੇਣਾ ਮੁਕੱਦਰ ਨਸੀਬ ਹੈ ਮਾਸ਼ਾਅੱਲਾ ਜੀ। ਠੀਕ ਹੋ ਗਿਆ ਜੀ, ਥਾਂ ਪਾਸ ਕਰਾਓ ਜੀ। ਇਹ ਦੇਖ ਸਕਦੇ ਨੇ ਮੇਰੇ ਵੀਰ ਭਰਾ, ਮਾਸ਼ਾਅੱਲਾ ਬੜਾ ਖੂਬਸੂਰਤ ਚਵਾਏ ਮਾਸ਼ਾਅੱਲਾ, ਮੁੱਠ ਪਰ ਥਣ ਮਾਸ਼ਾਅੱਲਾ। ਠੀਕ ਹੋ ਗਿਆ ਜੀ, ਚਲੋ ਭਾਈ ਜਾਨ ਚੋ, ਮਾਸ਼ਾਅੱਲਾ ਕੋਈ ਛੱਟਾ ਨਹੀਂ, ਕੋਈ ਫਾਰ ਨਹੀਂ ਮਾਸ਼ਾਅੱਲਾ ਜੀ। ਮਾਸ਼ਾਅੱਲਾ ਦੇਖ ਸਕਦੇ ਨੇ ਮੇਰੇ ਵੀਰ ਭਰਾ, ਮਾਸ਼ਾਅੱਲਾ ਜੀ ਸਾਹਮਣੇ ਚਵਾਈ ਹੁੰਦੀ ਪਈ ਹੈ ਮੇਰੇ ਵੀਰਾਂ ਦੋਸਤਾਂ ਦੇ ਭਰਾਵਾਂ ਦੇ। ਮਾਸ਼ਾਅੱਲਾ ਦੋਸਤੋ, ਕੋਈ ਛੱਟਾ ਨਹੀਂ, ਗੁਫਾਰ ਨਹੀਂ ਮਾਸ਼ਾਅੱਲਾ, ਸੋਹਣਾ ਚਵਾ ਹੈ ਮਾਸ਼ਾਅੱਲਾ ਵੈੜ ਦਾ, ਬੜਾ ਪਿਆਰਾ ਮਾਸ਼ਾਅੱਲਾ ਔਰ ਬੜਾ ਪਿਆਰਾ ਜਾਨਵਰ ਹੈ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ ਜੀ।
ਮਾਸ਼ਾਅੱਲਾ ਜੀ, ਬਹਿਣੀ ਵਾਲਾ ਅਗਲਾ ਅਤੇ ਪਿਛਲਾ ਭਾਈ ਚੋ ਰਹੇ ਨੇ। ਮਾਸ਼ਾਅੱਲਾ ਦੋ ਥਣਾਂ ਦੀ ਚਵਾਈ ਹੋ ਰਹੀ ਹੈ। ਮਾਸ਼ਾਅੱਲਾ ਬੜਾ ਪਿਆਰਾ ਚਵਾ ਹੈ ਔਰ ਬੜੀ ਮਾਸ਼ਾਅੱਲਾ ਨਸਲ ਜ਼ਾਤ ਵਾਲੀ ਹੈ। ਘਰੇਲੂ ਮਾਸ਼ਾਅੱਲਾ ਵੈੜ ਹੈ ਦੋਸਤੋ ਔਰ ਦੋਸਤਾਂ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ। ਬਾਕੀ ਲੈਣਾ ਦਾ ਨਾ ਮੁਕੱਦਰ ਅਤੇ ਨਸੀਬ ਹੈ ਮਾਸ਼ਾਅੱਲਾ ਜੀ। ਅੱਛਾ ਜੀ, ਚਲੋ ਜੀ, ਚੋ ਮਾਸ਼ਾਅੱਲਾ ਜੀ, ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ। ਮਾਸ਼ਾਅੱਲਾ ਖੂਬਸੂਰਤ ਚਵਾਈ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ ਔਰ ਨਸਲ ਜ਼ਾਤ ਵਾਲੀ ਹੈ ਮਾਸ਼ਾਅੱਲਾ। ਸਾਹੀਵਾਲ ਚੌਲਸਤਾਨੀ ਕ੍ਰਾਸ ਮਾਸ਼ਾਅੱਲਾ ਵੈੜ ਔਰ ਥਣ ਚੱਡੇ ਦੀ ਖੂਬਸੂਰਤ ਧੁੰਨ ਸ਼ੁਨ ਮੇਰੇ ਵੀਰ ਦੇਖ ਸਕਦੇ ਨੇ। ਚੌਲਸਤਾਨੀ ਸਾਹੀਵਾਲ ਕ੍ਰਾਸ ਆਉਂਦਾ ਮਾਸ਼ਾਅੱਲਾ ਵੈੜ ਦੇ ਵਿੱਚ, ਮਗਰ ਵੱਛੀ ਜਰਸੀ ਅਤੇ ਫਰੀਜ਼ੀਅਨ ਕ੍ਰਾਸ ਜਰਸੀ ਵੱਛੀ ਹੈ ਪਿੱਛੇ ਮਾਸ਼ਾਅੱਲਾ। ਦੁੱਧ ਮਾਸ਼ਾਅੱਲਾ ਬੜਾ ਅੱਛਾ ਹੈ ਗਾਏ ਕੋਲ ਔਰ ਮਾਸ਼ਾਅੱਲਾ ਸੰਘਣਾ ਦੁੱਧ ਔਰ ਵਾਈਟ ਦੁੱਧ ਹੈ ਮਾਸ਼ਾਅੱਲਾ ਜੀ। ਹਾਂਜੀ, ਵੱਛੀ ਨੂੰ ਭਾਈ ਜਾਨ ਛੱਡ ਦੇਣਾ ਜੀ। ਹਾਂਜੀ, ਥਣਾਂ ਦੇ ਵਿੱਚ ਵੱਛੀ ਜੋਗਾ ਜੀ ਦੁੱਧ ਦੇਖ ਸਕਦੇ ਨੇ ਵੀਰ ਭਰਾ ਮਾਸ਼ਾਅੱਲਾ ਦੇਖ ਸਕਦੇ ਤਾਰ ਤਾਰ ਮਾਰਕੀਟ ਚ ਸਰਕਾਰੇ ਥਣਾ ਠੀਕ ਹੋ ਗਿਆ ਦੂਜਿਆਂ ਨੇ ਜੀ। ਮਾਸ਼ਾਅੱਲਾ ਜੀ, ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ ਮਾਸ਼ਾਅੱਲਾ ਜੀ, ਆਹ ਦੇਖ ਸਕਦੇ ਨੇ ਮੇਰੇ ਵੀਰ ਭਰਾ। ਠੀਕ ਹੈ ਜੀ ਭਾਈ, ਇੱਥੇ ਰੱਖੋ ਦੁੱਧ ਵੱਛੀ ਛੱਡੋ ਜੀ, ਬਰਤਨ ਲਿਆ ਆ ਥੋੜਾ ਦੁੱਧ ਕਰਨਾ, ਦੁੱਧ ਦੁੱਧ ਕਰ ਸਾਰਾ ਕਰ ਦਿੰਦਾ। ਮਾਸ਼ਾਅੱਲਾ ਜੀ, ਦੁੱਧ ਮਾਸ਼ਾਅੱਲਾ ਸੰਘਣਾ ਹੈ, ਦੁੱਧ ਮਜ਼ਾ ਆਉਂਦਾ ਦੁੱਧ, ਸਹੀ ਹੋ ਗਿਆ ਜੀ। ਚਲੋ ਭਾਈ ਜਾਨ ਮਿਲੋ ਜੀ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਮਾਸ਼ਾਅੱਲਾ। ਹੁਣ ਭਾਈ ਜਾਨ ਆਪਾਂ ਘੰਟਾ ਡੇਢ ਲੇਟ ਚ ਹੋਈ ਹੈ, ਠੀਕ ਹੋ ਗਿਆ, 8 ਲੀਟਰ ਹੋ ਗਿਆ, 8 ਲੀਟਰ ਠੀਕ ਹੋ ਗਿਆ, 8 ਲੀਟਰ ਦੀ ਗੱਲ ਕਰੀ ਤੇ ਆਪਾਂ ਭਾਈ ਜਾਨ ਕਿੰਨੇ ਦੀ ਗਰੰਟੀ ਦੇਣੀ ਹੈ? ਆਪਾਂ ਜੀ ਦਿੰਦੇ ਹੋ ਤੁਸੀਂ 15 ਦੀ, 15 ਦੇ ਦੀ, 15 ਦੇ ਦੋ ਗਰੰਟੀ, 15 ਦੀ ਜਾਂ 14 ਦੀ ਪੱਕੀ ਮੇਰਾ ਵੀਰ ਦੇ ਦੇ, 14 ਦੀ ਦੇ ਦੇ ਤੇ 2 ਕਿਲੋ ਵੱਧ ਜਾਵੇ, 14 ਦੀ ਗਰੰਟੀ ਦੇ ਦੀ, ਠੀਕ ਹੋ ਗਿਆ। ਭਾਈ ਕੀ ਨਾਮ ਹੈ ਆਪਣਾ? ਮਮਾ ਸ਼ਫਾਕ ਜੀ। ਮਮਾ ਸ਼ਫਾਕ, ਭਾਈ ਸ਼ਫਾਕ ਹੈ ਆਪਣੇ ਘਰ ਦੀ ਵੈੜ ਹੈ ਮਾਸ਼ਾਅੱਲਾ, ਘਰ ਦੀ ਜੀ, ਦੂਸਰਾ ਸੁਆ ਸੀ, ਦੂਸਰਾ ਸੁਆ ਸੀ, ਮਗਰ ਬੱਚੀ ਠੀਕ ਹੋ ਗਿਆ ਜੀ। ਇਹ ਵੇਚ ਦੇ ਇਸੇ ਗੱਲ ਦੇ ਪਾਇਆ ਵੀ ਆ ਮਕਾਨ ਵੇਖ ਲਓ, ਪਲਾਸਟਰ ਨੇ ਬਾਲਾਂ ਦੀ ਸ਼ਾਦੀਆਂ ਰੱਖੀਆਂ ਨੇ, ਇਹ ਦੋਸਤ ਵੀ ਦੇ ਸਕਦੇ ਨੇ ਤੇ ਆ ਗੇਟ ਸ਼ੇਡ ਲਾਣਾ ਹੈ, ਮਜਬੂਰੀ ਹੈ ਭਾਈ ਹੋਰੀ ਆਂਦੇ ਨੇ, ਮਜਬੂਰੀ ਦੀ ਵਜ੍ਹਾ ਤੋਂ ਦੇਣੀ ਆ ਆਪਾਂ, ਸਹੀ ਹੋ ਗਿਆ।
ਤੇ ਇਹ ਭਾਈ ਜਾਨ ਨੇ ਆਪਣੇ ਕੋਲ ਸੁਬਹਾ ਦੂਸਰਾ ਸੂਈ ਹੋਣਾ ਦੂਸਰਾ ਜਰਮਨ ਤੇ ਇਹ ਦੱਸੋ ਭਾਈ ਸ਼ਫਾਕ ਕਿ ਪਿਛਲੇ ਸੂਈ ਆਪਣੇ ਗਾਂ ਕਿੰਨਾ ਦੁੱਧ ਕਰਦੀ ਹੈ ਜੀ ਨਾ 13 14 ਲੀਟਰ ਦਾ ਪੱਕਾ ਦੁੱਧ ਚੋਂਦੇ ਰਹੇ ਇਹ ਕੁੱਤਰੇ ਦੀ 13 14 ਲੀਟਰ ਪੱਕਾ ਜੀ ਕੋਈ ਵੰਡਾ ਨਹੀਂ ਕੋਈ ਖਾਲ ਨਹੀਂ ਕੋਈ ਚੌਕਰ ਟੁਕਰ ਨਹੀਂ ਚਲੋ ਠੀਕ ਭਾਈ ਸ਼ਫਾਕ ਇਹ ਦੱਸੋ ਕਿ ਇਹਦਾ ਪਿਆਰ ਮੁਹੱਬਤ ਵਾਲਾ ਆਪਾਂ ਜਿਹੜਾ ਲੈ ਲੈਣਾ ਵੀਰਾਂ ਦੋਸਤਾਂ ਕੋਲੋਂ ਮੁੱਲ ਤਾਂ ਮੈਂ ਬੜਾ ਕਰਨਾ ਪਰ ਹੁਣ ਭਾਈ ਰਮਜ਼ਾਨ ਦੁਆ ਤੇ ਬੈਠ ਕੇ ਜੀ ਜੀ ਬੜੀ ਜੀ ਮਿਹਰਬਾਨੀ ਭਰਾ ਦੀ ਤੇ ਕੀ ਇਹਦਾ ਪਿਆਰ ਮੁਹੱਬਤ ਵਾਲਾ ਜੀ ਇਹਦਾ ਜੀ ਅੱਜ ਕਰ ਦਿਆ 90 90 ਤੇ ਭਾਈ ਜਾਨ ਕੋਈ ਆਏਗਾ ਦੀ ਕੋਈ ਕਦਰ ਦੀ ਦੇ ਬਾਦੇ ਤੇਰੀ ਹੁਣ ਕਦਰ ਹੈ ਤੂੰ ਮੈਨੂੰ ਆਖਿਆ ਵੀ 185 ਹਾਂ 185 185 ਫਾਈਨਲ ਜਾ ਰਿਹਾ ਟੇਲਰ ਜੀ ਠੀਕ ਹੋ ਗਿਆ ਉਹ ਵੀ ਤੁਸੀਂ ਬੰਦ ਕਰਦੇ ਆਏ ਜੀ ਚਲੋ ਬੜੀ ਮਿਹਰਬਾਨੀ ਤੇ 14 ਲੀਟਰ ਦੀ ਆਪਣੀ ਗਾਰੰਟੀ ਕੋਈ ਵੀ ਆ ਜਾਵੇ ਚੁਆਈ ਕਰਕੇ ਲੈ ਜਾਵੇ ਸਾਹਮਣੇ ਚੁੱਪੀ ਜੀ ਜੀ ਬਿਲਕੁਲ ਜੀ ਆਪਾਂ 2 ਲੀਟਰ ਘੱਟ ਦੱਸਿਆ ਉਹਨਾਂ ਨੂੰ ਜੀ ਠੀਕ ਇਸੇ وجہ ਤੋਂ ਵੀ ਕੱਲ ਨੂੰ ਗੜੋਲਾ ਮਾਰ ਆ ਠੀਕ ਹੋ ਗਿਆ ਦੋਸਤੋ 14 ਲੀਟਰ ਦੀ ਗਾਰੰਟੀ ਹੈ ਮਾਸ਼ਾਅੱਲਾ ਵੈਰ ਦਾ ਕੱਦ ਕਾਠ ਨਸਲਜ਼ਾਦ ਪਿੱਛੇ ਵੱਛੀ ਮਾਸ਼ਾਅੱਲਾ ਔਰ ਕਰਾਸ ਬੜਾ ਪਿਆਰਾ ਹੈ ਮਾਸ਼ਾ ਜੱਸੀ ਫਰੀਜ਼ੀਅਨ ਦਾ ਕਰਾਸ ਵੱਛੀ ਹੈ ਮਾਸ਼ਾਅੱਲਾ ਔਰ ਗਾਂ ਮਾਸ਼ਾ ਚੌਲਸਤਾਨੀ ਸਾਹੀਵਾਲ ਕਰਾਸ ਔਰ ਮਾਸ਼ਾਅੱਲਾ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਮਾਸ਼ਾਅੱਲਾ ਨਿੱਬੂ ਤਰ੍ਹਾਂ ਨੂੰ ਚੜ ਗਈ ਹੈ ਵੇਖ ਲਓ ਜੀ ਦੁੱਧ ਵਾਲਾ ਵਾਨਾ ਹੈ ਮਾਸ਼ਾਅੱਲਾ ਭਰਾ ਦੇਖ ਸਕਦੇ ਛੋਟਾ ਛੋਟਾ ਥਣ ਮਾਸ਼ਾਅੱਲਾ ਹੋ ਗਿਆ ਔਰ ਮਾਸ਼ਾਅੱਲਾ ਥਣ ਦੇ ਵਿੱਚ ਦੁੱਧ ਮਾਸ਼ਾਅੱਲਾ ਰੱਖਦੀ ਔਰ ਜਰਸੀ ਕਰਾਸ ਵੱਛੀ ਮਾਸ਼ਾਅੱਲਾ ਪਿੱਛੇ ਔਰ ਸਾਡਾ ਵਟਸਐਪ ਨੰਬਰ 0308-4970-147 ਸਾਡਾ ਵਟਸਐਪ ਨੰਬਰ ਵੀ ਰਾਬਤਾ ਨੰਬਰ ਵੀ ਅਗਰ ਦੋਸਤਾਂ ਨੂੰ ਅੱਜ ਦੀ ਵੀਡੀਓ ਪਸੰਦ ਆਉਂਦੀ ਹੈ ਇਹਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਨਹੀਂ ਭੁੱਲਣਾ ਦੋਸਤੋ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਇਸ ਵੀਡੀਓ ਨਾਲ ਦੇ ਮੇਜ਼ਬਾਨ ਮੁਹੰਮਦ ਰਮਜ਼ਾਨ ਦੇ ਜਸ ਅਗਲੀ ਵੀਡੀਓ ਨਾਲ ਮਿਲਾਂਗੇ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।